ਦੁਆਰਾ ਪ੍ਰਬੰਧਕ ਕਮੇਟੀ ਲੜਕੀਆਂ ਦੇ ਖੇਡਾਂ ਵਿੱਚ ਉਤਸ਼ਾਹ ਵਧਾਉਣ ਵਾਸਤੇ ਅਤੇ ਖੇਡਾਂ ਵਿੱਚ ਇਹਨਾਂ ਨੂੰ ਪ੍ਰਫੁੱਲਿਤ ਕਰਨ ਵਾਸਤੇ ਆਪਣਾ ਯੋਗਦਾਨ ਪਾਉਣ ਲਈ 400 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਸ਼ਤਾਬਦੀ ਨੂੰ ਸਮਰਪਿਤ ਹੋ ਕੇ ਲੜਕੀਆਂ ਦੀਆਂ ਖੇਡਾਂ ਜਿਹੜੀਆਂ ਸ਼ੁਰੂ ਕਰਨ ਜਾ ਰਹੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਕਿ ਅਸੀਂ ਬੋਰਡ ਬਣਾਇਆ, ਮੇਰੇ ਕੋਲ ਬੈਠੇ ਨੇ ਸਾਡੇ ਬੀਬਾ ਜੀ ਡਾਇਰੈਕਟਰ ਵੀ ਅਤੇ ਡਿਪਟੀ ਡਾਇਰੈਕਟਰ ਅਤੇ ਬਾਕੀ ਸਾਰੀਆਂ ਮੈਂਬਰ ਆਈਆਂ। ਅੱਜ ਅਸੀਂ ਉਹਨਾਂ ਦੀ ਪਹਿਲੀ ਮੀਟਿੰਗ ਕੀਤੀ ਆ, ਉਹਦੇ ਵਿੱਚ ਫੈਸਲਾ ਕੀਤਾ ਗਿਆ ਕਿ ਅੰਡਰ 14 ਐਂਡ ਅੰਡਰ 17 14 ਸਾਲ ਤੋਂ ਥੱਲੇ ਅਤੇ 17 ਸਾਲ ਦੀਆਂ ਬੱਚੀਆਂ ਦੇ ਟਰਾਇਲ ਜਿਹੜੇ ਆ ਉਹ ਤੁਰੰਤ ਰੱਖੇ ਜਾਣ, ਕਿਉਂਕਿ ਆਉਣ ਵਾਲਾ ਵਰ੍ਹਾ ਜਿਹੜਾ ਇਹਨੂੰ ਅਸੀਂ ਵਰਤ ਸਕੀਏ। 13 ਅਤੇ 14 ਤਰੀਕ 2 ਦਿਨ ਟਰਾਇਲ ਰੱਖੇ ਜੋ PAP ਗਰਾਊਂਡ ਜਲੰਧਰ ਦੇ ਵਿੱਚ ਹਾਕੀ, ਬਾਸਕਿਟਬਾਲ ਅਤੇ ਅਥਲੈਟਿਕਸ 3 ਗੇਮਾਂ ਦੀ ਜਿਹੜੀ ਹੈ ਉਹ ਟਰਾਇਲ ਕੀਤੇ ਜਾਣਗੇ। ਔਰ ਮੈਨੂੰ ਬੜੀ ਖੁਸ਼ੀ ਹੈ ਕਿ ਸਾਰੇ ਬੜੇ ਕੀਨ ਇੰਟਰਸਟਡ ਹੈ ਕਿ ਇਹਨਾਂ ਗੇਮਾਂ ਨੂੰ ਅਸੀਂ ਨੈਸ਼ਨਲ ਲੈਵਲ ਦੇ ਉੱਤੇ ਜਲਦੀ ਤੋਂ ਜਲਦੀ ਪਹੁੰਚਾਉਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਹਾਕੀ ਦਾ ਸਾਨੂੰ ਪਹਿਲਾਂ ਹੀ ਨੈਸ਼ਨਲ ਲੈਵਲ ਦੀ ਐਂਟਰੀ ਮਿਲ ਚੁੱਕੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ। ਅਸੀਂ ਚਾਹਾਂਗੇ ਕਿ ਬਾਕੀ ਵੀ ਜਿਹੜੀਆਂ ਸਾਡੀਆਂ ਗੇਮਸ ਹਨ ਉਹਨਾਂ ਨੂੰ ਵੀ ਅਸੀਂ ਨੈਸ਼ਨਲ ਲੈਵਲ ਤੱਕ ਲੈ ਕੇ ਜਾ ਸਕੀਏ, ਕਿਉਂਕਿ ਸਾਡਾ ਜੇ ਪਹਿਲਾ ਉਪਰਾਲਾ, ਭਾਵੇਂ ਸਾਡਾ ਪਹਿਲਾਂ ਹੀ ਖਾਲਸਾ ਹੀ ਟੀਮਾਂ ਲੜਕੀਆਂ ਦੀਆਂ ਖੇਡ ਰਹੀਆਂ, ਲੇਕਿਨ ਲੜਕੀਆਂ ਵਾਸਤੇ ਇਹ ਜਿਹੜਾ ਯਤਨ ਕੀਤਾ ਗਿਆ ਇਹ ਸਾਡਾ ਪਹਿਲਾ ਉਪਰਾਲਾ। ਭਾਵੇਂ ਸਕੂਲਾਂ ਕਾਲਜਾਂ 'ਚ ਸਾਡੀਆਂ ਆਲਰੇਡੀ ਬੱਚੀਆਂ ਖੇਡ ਰਹੀਆਂ ਹਨ, ਟਰਾਈ ਕਰ ਰਹੀਆਂ, ਸਾਰਾ ਕੁਝ ਹੈ, ਖੇਡਾਂ 'ਚ ਇੰਟਰਸਟ ਰੱਖਦੀਆਂ, ਪਰ ਇਹਨਾਂ ਨੂੰ ਵੱਖਰੇ ਤੌਰ ਦੇ ਉੱਤੇ ਸਿਖਲਾਈ ਦੇਣੀ, ਬੈਸਟ ਕੋਚਿੰਗ ਦੇਣੀ, ਬੈਸਟ ਡਾਇਟ ਦੇਣੀ, ਰਿਹਾਇਸ਼ ਦੇਣੀ ਔਰ ਉਹਨਾਂ ਨੂੰ ਫ੍ਰੀ ਐਜੂਕੇਸ਼ਨ ਦੇਣੀ, ਹਰ ਚੀਜ਼ ਜਿਹੜੀ ਹੈ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਹੱਈਆ ਕਰਾਏਗੀ। ਸੋ ਅੱਜ ਜਿਹੜਾ ਇਹ ਫੈਸਲਾ ਕੀਤਾ ਗਿਆ ਇਹਦੇ ਟਰਾਇਲ ਜਿਹੜੇ ਆ 13 ਅਤੇ 14 ਤਰੀਕ ਨੂੰ ਹੋਣਗੇ। ਉਦੋਂ ਬੱਚੇ ਜੇ ਕੋਈ ਮੰਨ ਲਓ ਕਿ ਰਹਿ ਵੀ ਗਏ ਜਾਂ ਕਿਸ ਤਰ੍ਹਾਂ, ਫਿਰ ਨੈਕਸਟ ਜਿਹੜਾ ਫਾਈਨਲ ਕੀਤਾ ਜਾਏਗਾ। ਸੋ ਮੈਂ ਖੁਸ਼ਕਿਸਮਤੀ ਸਮਝਦੀ ਆਪਣੇ ਆਪ ਦੀ ਕਿ ਇਹ ਸਾਨੂੰ ਮੌਕਾ ਮਿਲਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜੇ ਬੱਚੀਆਂ ਦੇ ਟਰਾਇਲ ਲੈ ਕੇ ਉਹਨਾਂ ਨੂੰ ਖੇਡਾਂ ਵਾਲੇ ਪਾਸੇ ਪ੍ਰਮੋਟ ਕਰ ਸਕਣ, ਕਿਉਂਕਿ ਲੜਕੀਆਂ ਨੂੰ ਬੜਾ ਸ਼ੌਕ ਹੈ ਸਾਡੇ ਸਕੂਲਾਂ ਕਾਲਜਾਂ 'ਚ। ਫਿਰ ਇਹ ਹੈ ਕਿ ਜਿੱਥੇ ਸਾਡਾ ਸਕੂਲ ਉੱਚ ਕੋਟੀ ਦਾ ਜਿੱਦਾਂ ਵੀ ਚੰਗੀ ਐਜੂਕੇਸ਼ਨ ਦੇ ਸਕੇ ਅਸੀਂ ਬੱਚਿਆਂ ਨੂੰ ਉੱਥੇ ਪੜ੍ਹਾਵਾਂਗੇ। ਮਾਂ ਬਾਪ ਨੂੰ ਕੋਈ ਕਿਸੇ ਕਿਸਮ ਦੀ ਚਿੰਤਾ ਨਹੀਂ ਹੋਏਗੀ, ਨਾ ਉਹਦੀ ਪੜ੍ਹਾਈ ਦੀ, ਨਾ ਰਿਹਾਇਸ਼ ਦੀ, ਨਾ ਉਹਨਾਂ ਦੀ ਕਿਸੇ ਕਿਸਮ ਦੀ ਕੋਚਿੰਗ ਦੀ, ਨਾ ਉਹਨਾਂ ਦੇ ਕਿਸੇ ਖਰਚੇ ਦੀ। ਫ੍ਰੀ ਸਾਰਾ ਕੁਝ ਇਹਨੂੰ ਪੜ੍ਹਾਵਾਂਗੇ ਅਤੇ ਫ੍ਰੀ ਉਹਨਾਂ ਨੂੰ ਅਸੀਂ ਪਲੇਅਰ ਪੈਦਾ ਕਰਾਂਗੇ। ਅਸੀਂ ਚੌਥਾ ਵੀ ਸੋਚਾਂਗੇ ਨਾ, ਫਿਲਹਾਲ ਅੱਜ 3 ਦਾ ਫੈਸਲਾ ਕੀਤਾ ਗਿਆ, ਚੌਥੀ ਗੇਮ ਕਿਹੜੀ ਹੋਏਗੀ ਉਹ ਵੀ ਅਸੀਂ ਦੇਖਾਂਗੇ, ਕਿਉਂਕਿ ਜਿਹੜੀ ਚੀਜ਼ ਨੂੰ ਅਸੀਂ ਸਾਂਭ ਸਕੀਏ ਪਹਿਲਾਂ ਉੱਥੇ ਤੱਕ ਤੁਰੀਏ, ਫਿਰ ਅਗਲੇ ਜਿਹੜੀ ਹੈ, ਕਿਉਂਕਿ ਅਸੀਂ ਅਕੈਡਮੀ ਵੀ ਬਣਾਉਣੀ ਹੈ। ਬੱਸਾਂ ਦੇ ਉੱਤੇ ਅਸੀਂ 3 ਟਰਫ ਜਿਹੜੇ ਹੈ, ਅਸੀਂ PAP ਜਲੰਧਰ, ਅੰਮ੍ਰਿਤਸਰ, ਮੋਹਾਲੀ, 3 ਟਰਫ ਸਾਡੇ ਜਿਹੜੀ ਹੈ ਉਹ ਗੱਲ ਹੋ ਗਈ ਹੈ। ਬੱਚਿਆਂ ਨੂੰ ਅਸੀਂ ਬਕਾਇਦਾ ਬੱਸ 'ਚ ਬਿਠਾ ਕੇ ਉੱਥੇ ਖੇਡਣ ਲਈ ਲੈ ਕੇ ਜਾਇਆ ਕਰਾਂਗੇ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਬੈਸਟ ਉਹਨਾਂ ਨੂੰ ਜਿਹੜਾ ਉਹ ਸਟੇਡੀਅਮ ਜਿਹੜਾ ਉਹ ਉਪਲਬਧ ਕਰਾਇਆ ਜਾਏ। ਜਿੱਥੇ ਟਰਫਿਕ ਕਮੇਟੀ ਦੇ ਸਕੂਲਾਂ ਦੇ ਬੱਚਿਆਂ ਨੂੰ ਹੋਏਗੀ ਜਾਂ ਸਾਰੀਆਂ? ਨਹੀਂ, ਓਪਨ ਬੱਚੀਆਂ ਜਿਹੜੀਆਂ ਖੇਡਣਾ ਚਾਹੁੰਦੀ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਕੂਲਾਂ 'ਚ ਵੀ ਆਉਣ, ਉਹਨਾਂ ਦੇ ਵੀ ਬੱਚੇ ਆਉਣ, ਪਰ ਓਪਨ ਵੀ ਜਿਹੜਾ ਬੱਚਾ ਆਏਗਾ ਐਕਸੀਲੈਂਟ ਜਿਹੜਾ ਹੋਏਗਾ, ਜਿਹਦੇ 'ਚ ਇਹ ਅਬਿਲਿਟੀ ਹੋਏਗੀ, ਜਿਹਦੇ 'ਚ ਇਹ ਮਤਲਬ ਖੇਡਣ ਦਾ ਸ਼ੌਕ ਹੋਏਗਾ, ਇਹ ਸਾਰਾ ਕੁਝ ਦੇਖਿਆ ਜਾਵੇਗਾ।